ਠੀਕ ਹੰਦਾ ਦਾ ਸ਼ੁਕਰ ਆ ਅੱਜ ਅਸੀਂ ਧੋਣ ਲੱਗੇ ਆ ਕੱਪੜੇ ਸਵੇਰ ਦੀ ਮੈਂ ਕੱਪੜੇ ਇਕੱਠੇ ਕਰ ਕਰਕੇ ਇੰਨੇ ਢੇਰ ਟਰੱਕ ਬਣਾ ਲਏ ਕੱਪੜਿਆਂ ਦੇ ਤਾਂ ਆ ਧੋ ਰਹੇ ਆ ਇੱਥੇ ਆਪਾਂ ਧੋਵਾਂਗੇ ਤਾਂ ਉੱਧਰ ਆਪਾਂ ਖੋਲਾਂਗੇ ਸੁਕਾ ਸੁੱਕਣ ਲਈ ਪਹਿਲਾਂ ਮਾਸੀ ਆਈ ਸਫਾਈ ਕਰਾਈ ਸਾਰੀਆਂ ਚਾਲੀਆਂ ਸਾਫ਼ ਸੁਥਰਾ ਕੀਤਾ ਸਾਰਾ ਉਸ ਤੋਂ ਬਾਅਦ ਫਿਰ ਆਪਾਂ ਹੁਣ ਕੱਪੜੇ ਧੋਣ ਰਹੇ ਹਾਂ ਇੱਥੇ ਬਹਿ ਜਾਂਦੀ ਹਾਂ ਜਦੋਂ ਧੋ ਹੁੰਦੇ ਆ ਉਦੋਂ ਜਾ ਕੇ ਅਗਾੜ ਕੇ ਫੋਲ ਦੇਈਦੇ ਆ ਆਪਾਂ ਮੈਂ ਸਾਰੇ ਕੱਪੜੇ ਧੋ ਧੋ ਕੇ ਉਹ ਪਿੱਛੇ ਉੱਧਰ ਗੈਲਰੀ 'ਚ ਫੋਲ ਦੇਣੇ ਆ ਤਾਂ ਦੇਖਿਓ ਕਿੰਨਾ ਜਿੱਦਣ ਮੈਂ ਕੱਪੜੇ ਧੋ ਲੈਂਦੀ ਹਾਂ ਨਾ ਤਾਂ ਮੈਨੂੰ ਆਪਣਾ ਆਪ ਵੀ ਹਲਕਾ ਫੁਲਕਾ ਲੱਗਦਾ ਤਾਂ ਘਰ ਵੀ ਹਲਕਾ ਹਲਕਾ ਲੱਗਦਾ ਸਾਰੀ ਮੈਲ ਮੂਲ ਧੋ ਹੋ ਜਾਂਦੀ ਹੈ ਸਫਾਈ ਹੋ ਜਾਂਦੀ ਕੱਪੜੇ ਕੁੱਪੜੇ ਧੋ ਕੇ ਇੱਕਦਮ ਆਪਣਾ ਜਿਸਮ ਹੀ ਹਲਕਾ ਲੱਗਣ ਲੱਗ ਪੈਂਦਾ ਪਤਾ ਨਹੀਂ ਮੈਨੂੰ ਹੀ ਲੱਗਦਾ ਕਿ ਮੇਰੀਆਂ ਸਾਰੀਆਂ ਭੈਣਾਂ ਨੂੰ ਇੱਦਾਂ ਲੱਗਦਾ ਮੋਟਰ ਚੱਲਣ ਲਈ ਆ ਤਾਂ ਪਾਣੀ ਭਰ ਲਈ ਆ ਲਾਈਟਾਂ ਵੀ ਹਿਸਾਬ ਨਹੀਂ ਰਹਿੰਦੀਆਂ ਵਾ 2 ਘੰਟੇ ਆਉਣੀ ਆ ਤਾਂ 2 ਜਾਣੀ ਆ ਆਹ ਮੇਰੇ ਪੌਦੇ ਆ ਆਹ ਪੌਦਿਆਂ ਨੂੰ ਅੱਜ ਮੈਂ ਚੰਗੀ ਤਰ੍ਹਾਂ ਸਾਫ਼ ਕੀਤਾ ਸਾਫ਼ ਸੁਥਰੇ ਕੀਤੇ ਧੋਤੇ ਸਵਾਰੇ ਪਰ ਹਵਾ ਬਹੁਤ ਚੱਲ ਰਹੀ ਆ ਦੇਖੋ ਇੱਧਰ ਮਿੱਟੀ ਮਿੱਟੀ ਇੱਦਾਂ ਪਈ ਆ ਬਸ ਗੱਲ ਛੱਡ ਦੇ ਹੋਰਾਂ ਨਹੀਂ ਪਤਾ ਲੱਗ ਰਿਹਾ ਕਿਵੇਂ ਇਹ ਇੰਨੇ ਅੱਛੇ ਤਰੀਕੇ ਨਾਲ ਇਹ ਸਾਫ਼ ਕੀਤੇ ਸੀ ਧੋਤੇ ਸੀ ਮੈਂ ਸਾਰੇ ਆਪਣੇ ਪੌਦਿਆਂ ਨੂੰ ਉੱਠਦੀ ਨਹੀਂ ਨਾ ਪਾਣੀ ਨਾਲ ਧੋ ਕੇ ਸਾਫ਼ ਕਰਕੇ ਤਾਂ ਉੱਤੇ ਕੱਪੜਾ ਫੇਰ ਦੇ ਦਿੰਦੀ ਹਾਂ ਆਹ ਵੱਡੇ ਪੱਤਿਆਂ 'ਤੇ ਜਿਹੜੇ ਛੋਟੇ ਪੱਤੇ ਆ ਉਹਨਾਂ ਨੂੰ ਵੈਸੇ ਹੀ ਧੋ ਦਿੰਦੀ ਹਾਂ ਹੁਣ ਆਪਾਂ ਕੱਪੜੇ ਕੱਢ ਲਵਾਂਗੇ ਧੋ ਹੋ ਗਏ ਆ ਇਹ ਕੱਢ ਲੈਂਦੇ ਹਾਂ ਹੁਣ ਪਹਿਲਾਂ ਮੈਂ ਉਹ ਪਾਉਂਦੀ ਹੁੰਦੀ ਹਾਂ ਥੋੜ੍ਹੇ ਸਫੈਦ ਸਫੈਦ ਜਿਹਦੇ ਵਿੱਚ ਆਫ ਵਾਈਟ ਜਿਹੀ ਹੋਵੇ ਰੰਗ ਅਤੇ ਨਾਲੇ ਸਫੈਦ ਪਹਿਲਾਂ ਮੈਂ ਇਹ ਪਾਉਣੇ ਆ ਧੋ ਸਵਾਰ ਕੇ ਫਿਰ ਦੂਸਰੇ ਆਪਾਂ ਪਾਵਾਂਗੇ ਆਹ ਧੋ ਹੋ ਗਏ ਇਹਨਾਂ ਨੂੰ ਕੱਢ ਕੇ ਸੁੱਕਣੇ ਪਾ ਦਿੰਦੇ ਦੂਸਰੇ ਆਪਾਂ ਪਾ ਲੈਣੇ ਆ ਵਿੱਚ ਤਾਂ ਫਿਰ ਮੈਂ ਤੁਹਾਨੂੰ ਧੋ ਕੇ ਦੱਸਦੀ ਹਾਂ ਬਾਹਰੋਂ ਦੇਖਿਓ ਤੁਸੀਂ ਤਾਰਾਂ ਤੂਰਾਂ ਇੱਦਾਂ ਭਰ ਦੇਣੀਆਂ ਆਪਾਂ ਧੋ ਧੋ ਜਿੱਦਾਂ ਧੋਬੀਆਂ ਨਾਲ ਧੋਤੇ ਹੁੰਦੇ ਹੁਣ ਆਪਾਂ ਇੱਦਾਂ ਘਾੜ ਲੈਣੇ ਆ ਸਾਰੇ 2-3 ਵਾਰੀ ਪਾਣੀ ਵਿੱਚ ਕੱਢਣੇ ਆ ਆਹ ਪਾਣੀ ਡੋਲ ਦੇਣਾ ਫਿਰ ਦੂਆ ਪੋਣਾ ਪਾਣੀ ਫਿਰ ਕੱਢਣੇ ਆ ਸਾਡੀਆਂ ਝਾਗੋ ਨੂੰ ਵੀ ਸਾਡੀ ਚੰਗੀ ਤਰ੍ਹਾਂ ਚਿੱਟੇ ਕਰ ਲੈਣੇ ਜਿਹਨੂੰ ਦਾਗ ਲੱਗਾ ਹੋਊਗਾ ਮਾੜਾ ਜਿਹਾ ਕੱਪੜੇ ਨੂੰ ਤਾਂ ਉਹਨੂੰ ਆਪਾਂ ਬੁਰਸ਼ ਬੁਰਸ਼ ਫੇਰ ਲੈਣਾ ਥੋੜ੍ਹਾ ਜਿਹਾ ਸਰਫ ਲਾ ਕੇ ਆ ਜੀ ਹੁਣ 6:45 ਹੋਣ ਨੂੰ ਰਹਿ ਗਏ ਥੋੜ੍ਹੇ ਜਿਹੇ ਮਿੰਟ ਆਪਣੇ ਕੱਪੜੇ ਵੀ ਹੁਣ ਧੁੱਲ ਗਏ ਆ ਆਹ ਸਾਰੇ ਕੱਪੜੇ ਛੱਪੜੇ ਮੈਂ ਧੋ ਲਏ ਆ ਤਾਂ ਆਹ ਮੈਂ ਹੁਣ ਮਸ਼ੀਨ ਸਾਫ਼ ਕਰਨੀ ਆ ਧੋਣੀ ਆ ਤਾਂ ਫਿਰ ਮੈਂ ਆ ਇੱਥੋਂ ਗੈਲਰੀ ਧੋ ਦੇਣੀ ਆ ਆਹ ਦੇਖੋ ਤੁਸੀਂ ਕੱਪੜੇ ਧੁੱਲੇ ਹੋਏ ਆਹ ਸਾਰੀਆਂ ਬਨੈਨਾ ਇੱਦਾਂ ਫੋਲ ਦੀਆਂ ਹਵਾ ਬਹੁਤ ਚੱਲਣ ਡਈ ਆ ਚੂੰਡੀਆਂ ਦੂਸਰੇ ਕੱਪੜਿਆਂ 'ਤੇ ਲਾਤੀਆਂ ਘੱਟ ਸੀਆਂ ਇਹਨਾਂ 'ਤੇ ਮੈਂ ਇੱਦਾਂ ਪਾ ਲਾਂ ਦੇ ਵਿੱਚ ਬਾਕੀ ਸਾਰੇ ਧੋ ਹੋ ਗਏ ਨੇ ਕੱਪੜੇ 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 ਦੇਖੋ ਬਈ ਕੱਪੜੇ ਕੱਪੜੇ ਜਿੱਥੇ ਨਿਗਾਹ ਜਾਵੇ ਉੱਥੇ ਤੁਸੀਂ ਕੱਪੜੇ ਕੱਪੜੇ ਇੰਨੇ ਕੱਪੜੇ ਸੀ ਕਿ ਆਹ ਜਿਹੜਾ ਦਰਵਾਜ਼ਾ ਵਾ ਨਾ ਇੱਥੇ ਵੀ ਟੋਪੀਆਂ ਤਾਂ ਸ਼ਰਟਾਂ ਤਾਂ ਮੋਜ਼ੇ ਬਾਅਦ ਅਤੇ ਮੋਜ਼ੇ ਹਲੇ ਡਰਾਈ ਹੋ ਰਹੇ ਆ ਧੋ ਲਗਾਏ ਹੁਣ ਮੈਂ ਇੱਥੇ ਪਾਉਣੇ ਆ ਅੱਜ ਬਹੁਤ ਕੱਪੜੇ ਜਮ੍ਹਾਂ ਹੋ ਗਏ ਸੀ ਪਰ 2 ਘੰਟੇ 'ਚ ਧੋ ਹੋ ਗਏ ਸ਼ੁਕਰ ਅੱਲਾ ਦਾ ਆਹ ਦੇਖੋ ਜੀ ਕੱਪੜੇ ਹੀ ਕੱਪੜੇ ਐਵੇਂ ਲੱਗ ਰਿਹਾ ਜਿਵੇਂ ਧੋਬੀ ਗਾਟ ਕੱਪੜੇ ਹਲੋ ਜੀ ਦੇਖੋ ਹੁਣ ਇੱਧਰ ਸਾਡੇ ਮੇਰੇ ਬੱਬੂ ਗੋਸ਼ੀ ਸੋ ਗਈ ਹੈ ਮੇਰੀ ਸੋਹਣੀ ਬੱਬੂ ਗੋਸ਼ਾ ਸੋ ਗਿਆ ਅਤੇ ਹੁਣ ਆਹ ਦੇਖੋ ਬਾਈ ਲਾਈਟ ਗਈ ਹੋਈ ਆ ਲਾਈਟ ਹੈ ਨਹੀਂ ਜੀ ਬੈਟਰੀ ਅਤੇ ਪੱਖੇ ਚੱਲ ਰਹੇ ਆ ਤਾਂ ਆਹ ਬਈ ਸੀ ਸੋ ਗਏ ਆ ਜੀ ਆਹ ਦੇਖੋ ਬਈ ਹੁਣ ਇਹਨਾਂ ਨੂੰ ਵੀ ਬਿਸਤਰੇ ਮੈਂ ਸਿੱਧਾ ਕਰਕੇ ਦੇਵਾਂ ਇਹਨਾਂ ਨੂੰ ਮੈਂ ਸੜਾਵਾਂ ਹੁਣ ਮੇਰੇ ਵੱਲੋਂ ਅੱਲਾ ਹਾਫਿਜ਼ ਤੁਹਾਨੂੰ ਅਗਰ ਮੇਰੇ ਵਲੋਗ ਪਸੰਦ ਆਉਣ ਤਾਂ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਜ਼ਰੂਰ ਤਾਂ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਿਓ ਆਹਿਸਾ ਆਹਿਸਾ ਅੱਛੇ ਬਣਾਉਣ ਦੀ ਕੋਸ਼ਿਸ਼ ਕਰੂੰਗੀ ਇਨਸਾਨ ਆਹਿਸਾ ਆਹਿਸਾ ਹੀ ਕੋਸ਼ਿਸ਼ ਕਰ ਕਰਕੇ ਅੱਛਾ ਬਣਦਾ ਕੋਈ ਗਲਤੀ ਹੋਊ ਤਾਂ ਮਾਫ਼ ਕਰਿਓ ਜੀ ਅੱਲਾ ਹਾਫਿਜ਼